ਮੇਰਾ ਨਾਂ ਕਸਤੂਰੀ ਲਾਲ ਹੈ ਜੀ। ਮੈਂ ਗੌਰਮੈਂਟ ਕਾਲਜ ਚੌਂਕ 'ਚ 30 ਸਾਲ ਤੋਂ ਕੰਮ ਕਰ ਰਿਹਾ ਵਾਲ ਕਟਿੰਗ ਦਾ। ਮੈਂ ਜਦੋਂ ਸਵੇਰੇ 8 ਵਜੇ ਆਪਣਾ ਫੋਨ ਔਨ ਕੀਤਾ ਅਤੇ ਮੈਨੂੰ ਦੁਕਾਨਦਾਰਾਂ ਦੇ ਫੋਨ ਆਇਆ ਵੀ ਤੇਰੀ ਦੁਕਾਨ ਦੇ ਵਿੱਚ ਗੱਡੀ ਲੱਗੀ ਆ ਅਤੇ ਆ ਕੇ ਦੇਖ। ਜਦੋਂ ਮੈਂ ਆ ਕੇ ਦੇਖਿਆ ਮੌਕੇ 'ਤੇ ਅਤੇ ਸ਼ਟਰ ਟੁੱਟਾ ਆ, ਬਾਹਰ ਸ਼ੀਸ਼ਾ ਕੱਚ ਪਿਆ। ਮੈਂ ਸਫਾਈ ਕੀਤੀ, ਹੁਣ ਅੰਦਰਲਾ ਸ਼ੀਸ਼ਾ ਵੀ ਟੁੱਟ ਗਿਆ ਮੇਰੀ ਦੁਕਾਨ ਦਾ। ਮੈਂ ਉੱਥੋਂ ਦੀ ਦੇਖਿਆ ਅਤੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੈ। ਕੰਧ ਵਿੱਚ ਇੱਡੀ ਜ਼ੋਰ ਦੀ ਗੱਡੀ ਵੱਜੀ ਹੈ ਕਿ ਕੰਧ ਵਿੱਚ ਵੀ ਸਾਰਾ ਹੀ ਪੂਰਾ ਹਾਲ ਹੈ ਮੇਰਾ। ਕੰਧ ਵਿੱਚ ਵੀ ਕੰਧ ਵੀ ਸਾਰੀ ਖਰਾਬ ਹੋ ਗਈ ਅਤੇ ਅੰਦਰ ਵੀ ਸ਼ੀਸ਼ੇ 2 ਮਿੰਟ ਦੁਕਾਨ 'ਤੇ ਟੁੱਟ ਗਏ ਜੀ। ਬਹੁਤ ਨੁਕਸਾਨ ਹੋ ਗਿਆ ਜੀ। ਮੈਂ ਤਾਂ ਸਵੇਰ ਦਾ ਇੱਦਾਂ ਦੇਖਦਾ ਜੀ, ਨਾ ਕੋਈ ਹਾਲੇ ਕੋਈ ਗੱਲਬਾਤ ਹੋਈ ਆ ਅਤੇ ਨਾ ਮੇਰੇ ਕੋਈ ਗੱਲ ਨਾ ਕੋਈ ਬਾਤ ਜੀ ਮੇਰੀ। ਅੱਛਾ, ਹਾਂਜੀ ਸਰ। ਕਸਤੂਰੀ ਲਾਲ ਜੀ, ਹਜੇ ਤੱਕ ਕੋਈ ਹਰਜਾਨਾ ਭਰਨ ਦੀ ਕੋਈ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ? ਹਾਲੇ ਕੋਈ ਗੱਲਬਾਤ ਨਹੀਂ ਹੋਈ ਜੀ। ਮੈਂ ਇੱਕ ਵਾਰ ਥਾਣੇ ਜਾ ਚੁੱਕਾਂ ਜੀ, ਉੱਥੇ ਮੈਨੂੰ ਇਹ ਕਹਿੰਦੇ ਸੀ ਕੋਈ ਨਹੀਂ ਆਪਣਾ ਕੰਮ ਕਰਾ, ਦੇਖਦੇ ਤੇਰੇ ਵੱਲ ਕੀ ਆਪਾਂ ਕਰਦੇ ਹਾਂ ਹਾਲੇ। ਅਤੇ ਗੱਡੀ ਕਿੱਥੇ ਦੀ, ਕੁਛ ਪਤਾ ਲੱਗਾ? ਗੱਡੀ ਇਹ ਦੱਸਦੇ ਵੀ ਹੁਸ਼ਿਆਰਪੁਰ ਦੀ ਗੱਡੀ ਆ, ਇੱਕ ਟਰੱਕ ਵੀ ਉੱਥੇ ਮਾਲਡੋ ਥਾਣੇ ਖੜਾ ਜੀ। ਹਾਂਜੀ, ਟਰੱਕ ਨਾਲ ਵੱਜੀ ਹੈ ਜਾਂ ਫਿਰ ਇਹ ਰਾਤ ਦਾ? ਸਰ ਠੀਕ ਹੈ ਜੀ, ਇੱਥੇ ਇੰਚਾਰਜ ਪੁਲਿਸ ਵਾਲੇ ਮੁਲਾਜ਼ਮ ਖੜੇ ਸੀਗੇ ਅਤੇ ਰਾਤ ਨੂੰ ਅਸੀਂ ਨਹੀਂ ਸੀਗੇ। ਰਾਤ ਤੋਂ ਬਾਅਦ ਕਿਤੇ ਸਵੇਰੇ ਆਇਆ ਤਾਂ ਪਤਾ ਲੱਗਾ ਵੀ ਗੱਡੀ ਸਕਾਓ ਵੀ ਗੱਡੀ ਸੀ, ਇੱਕ ਟਰੱਕ ਸੀਗਾ ਜੀ। ਕੋਈ CCTV ਫੁਟੇਜ ਵਗੈਰਾ ਆਈ ਹੈ? ਸਰ ਨਹੀਂ, ਉਹ ਆਮ ਲੋਕਾਂ ਨੇ ਫੋਟੋਆਂ ਖਿੱਚੀਆਂ ਮੋਰਨਿੰਗ, ਇੱਕ ਮੁਲਾਜ਼ਮ ਸਾਹਮਣੇ ਖੜੇ ਉਹਨਾਂ ਨੇ ਖਿੱਚੀਆਂ, ਹੋਰ ਗੱਡੀਆਂ ਲੋਕਾਂ ਨੇ ਆਮ ਖਿੱਚੀਆਂ, ਸਵੇਰੇ ਮੋਰਨਿੰਗ ਟਾਈਮ ਖਿੱਚੀਆਂ ਜੀ। ਠੀਕ ਹੈ, ਤਾਂ ਤੁਸੀਂ ਕੀ ਮੰਨਦੇ ਕੀ ਕਾਰਨ ਹੋ ਸਕਦਾ ਹੈ ਐਕਸੀਡੈਂਟ ਦਾ, ਕਿਉਂਕਿ ਹਰ ਸਾਲ ਕੋਈ ਨਾ ਕੋਈ ਗੱਡੀ ਤੁਹਾਡੀ ਦੁਕਾਨ 'ਚ ਵੱਜੀ ਜਾਂਦੀ ਹੈ? ਸਰ ਇਹ ਕਾਰਨ ਇਹ ਹੈ ਕਿ ਇੱਥੇ ਮਤਲਬ ਕਿ ਰਾਤ ਨੂੰ ਗੱਡੀਆਂ ਇੱਦਾਂ ਲੋਕ ਚਲਾਉਂਦੇ ਆ ਵੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਗੱਡੀ ਚਲਾਉਂਦੇ ਆ। ਬਹੁਤ ਮੁਸ਼ਕਿਲ, ਅਸੀਂ ਤਾਂ ਇਹ ਕਰਦੇ ਆ ਵੀ ਹਰ ਸਾਲ ਆ ਪਿੱਛੇ ਖੱਬੇ ਟੁੱਟੇ ਆ, ਇੱਥੇ ਭਾਜੀ ਹੋਣਾ ਦੁਕਾਨ 'ਤੇ ਗੱਡੀ ਵੜ ਗਈ, ਅੱਜ ਅੱਜ ਗਰੀਬ ਦੇ ਵੀ ਗੱਡੀ ਵੜ ਗਈ ਅਤੇ ਮੈਨੂੰ ਬੜਾ ਦੁੱਖ ਆ। ਮੈਂ ਇੱਥੇ ਮੇਰੀ ਰੋਜ਼ੀ ਰੋਟੀ ਚੱਲਦੀ ਆ, ਇੱਥੇ ਮੇਰਾ ਸਭ ਕੁਝ ਚੱਲਦਾ ਜੀ। ਮੈਂ ਮੰਨਦੇ ਜੇ ਟ੍ਰੈਫਿਕ ਲਾਈਟਾਂ ਲੱਗੀਆਂ ਹੁੰਦੀਆਂ, ਜੇ ਟ੍ਰੈਫਿਕ ਲਾਈਟਾਂ ਚੱਲਦੀਆਂ ਹੁੰਦੀਆਂ ਤਾਂ ਐਕਸੀਡੈਂਟ ਘੱਟ ਹੋਵੇਗਾ? ਸਰ ਲਾਈਟਾਂ ਵੀ ਬਹੁਤ ਵਾਰੀ ਲਾ ਕੇ ਦੇਖੀਆਂ, ਬਟ ਕਿਹੜਾ ਰਾਤ ਦਾ ਕਿਹੜਾ 12 ਵਜੇ ਤੋਂ ਬਾਅਦ ਗੱਡੀਆਂ ਚੱਲਦੀਆਂ ਨਾ, ਉਹਨਾਂ ਦਾ ਬਹੁਤ ਹੀ ਪ੍ਰਭਾਵ ਤੇਜ਼ ਆ ਅਤੇ ਬਹੁਤ ਤੇਜ਼ ਗੱਡੀਆਂ ਨਸ਼ੇ ਪੱਤੇ ਖਾ ਕੇ ਲੋਕ ਚਲਾਉਂਦੇ ਆ। ਅਸੀਂ ਚਾਹੁੰਦੇ ਕਿ ਬਲਕਿ ਹਾਂਜੀ ਬਿਲਕੁਲ ਸਹੀ ਹੈ, ਇਹ ਆਪਣੇ ਆਂਢ ਗੁਆਂਢ ਦੇ ਬੰਦੇ ਆ ਜੀ। ਅੱਛਾ, ਕੀ ਨਾਮ ਹੈ? ਬਾਜੀ ਰਹਿੰਦੀ ਆ ਗੱਡੀਆਂ ਭਾਜੀ, ਇੱਥੇ 10 ਦਿਨ ਪਹਿਲਾਂ ਖੰਭਾ ਇੱਥੋਂ ਟੁੱਟ ਗਿਆ, ਉਹ ਉੱਡ ਗਿਆ। ਠੀਕ ਹੈ, ਹਾਂਜੀ। ਅਤੇ ਆਹ ਕੰਧ ਵੀ ਟੁੱਟ ਗਈ ਹੁਣ, ਹੋਰ ਜੀ ਆ ਦੇਖੋ ਉੱਪਰ ਬਿਲਡਿੰਗ ਖੜੀ ਆ। ਅੱਛਾ, ਬੰਦਿਆਂ ਦਾ ਬਚਾਅ ਸੀ ਜਿਹੜੇ ਗੱਡੀ 'ਚ ਸੀਗੇ? ਬੰਦਿਆਂ ਦਾ ਬਚਾਅ ਹੀ ਆ, ਉਹ ਲੈ ਗਏ ਸੀ ਇੱਥੋਂ ਰਾਤੀ, ਕਹਿੰਦੇ ਚੱਕ ਕੇ ਲੈ ਗਏ ਸੀਗੇ। ਬੰਦੇ ਠੀਕ ਆ ਕਿ ਐਡਮਿਟ? ਬੰਦੇ ਠੀਕ ਹੈ, ਐਡਮਿਟ ਨਹੀਂ, ਬਿਲਕੁਲ 54 ਬੰਦੇ ਆ, ਵਧੀਆ ਸਾਡੇ ਨਾਲ ਵਧੀਆ ਰਹਿਣੇ। ਅੱਜ ਤਾਂ ਨੁਕਸਾਨ ਸਵੇਰ ਇੱਦਾਂ ਹੀ ਬੈਠੇ ਹਾਂ ਜੀ ਇੱਥੇ, ਇੱਦਾਂ ਬੱਟਿਆ ਦੁਕਾਨ ਦਾ ਕੋਈ ਪੈਸਾ ਜੀ ਕੋਈ ਨਹੀਂ, ਕਿੱਥੋਂ ਆਪਾਂ ਕੀ ਆ ਤੂੰ ਕੀ ਕਮਾਉਣਾ ਤੇ ਮੈਂ ਕੀ ਲਾਣਾ ਇੱਥੇ ਜੀ। ਅੱਛਾ, ਫਿਰ ਗੱਡੀ ਪੁਲਿਸ ਲੈ ਗਈ ਹੈ ਜੀ? ਹਾਂਜੀ ਲੈ ਗਈ ਮਾਲਡੋ ਠਾਣੇ ਜੀ। ਮਾਲਡੋ ਠਾਣੇ, ਹਾਂ ਠੀਕ ਹੈ, ਮਿਹਰਬਾਨੀ ਜੀ। ਤੁਸੀਂ ਕਿੰਨਾ ਕੁ ਹਰਜਾਨਾ ਮੰਨ ਕੇ ਚੱਲਦੇ ਤੁਹਾਡਾ? ਮੈਂ ਜਾਣਾ ਜੀ, ਸਾਡਾ ਨਵਾਂ ਦੀ ਗੱਲ ਆ, ਦੋ ਸ਼ੀਸ਼ੇ ਟੁੱਟ ਗਏ ਆ, 2 ਜ਼ਿਆਦਾ ਦਿਹਾੜੀ ਟੁੱਟ ਗਿਆ ਮੇਰੀ ਆ, ਮੈਂ 8-9-10 ਹਜ਼ਾਰ ਦਾ ਮੈਂ ਨੁਕਸਾਨ, ਮੈਂ ਕਿਹੜਾ ਜ਼ਿਆਦਾ ਕਰਨੇ ਆ, ਮੈਂ ਤਾਂ ਦਿਹਾੜੀ 400-500 ਰੁਪਏ ਕਮਾਉਂਦਾ ਬਸ, ਇੰਨਾ ਹੀ ਮੇਰਾ ਹੈਗਾ ਜੀ। ਫਿਰ ਦਿਹਾੜੀਦਾਰ ਬੰਦੇ ਦਾ 10 ਹਜ਼ਾਰ ਨੁਕਸਾਨ ਤਾਂ ਹੋ ਗਿਆ ਨਾ? ਹੋ ਗਿਆ ਜੀ, ਹੋ ਗਿਆ, ਮਹੀਨੇ ਦੇ ਪੈ ਗਿਆ ਜੀ, ਮਹੀਨੇ ਦੇ ਪੈ ਗਿਆ। ਮੈਂ ਤਾਂ ਹੁਣ ਮੈਂ ਕਿੱਥੋਂ ਪੂਰਾ ਕਰੂੰਗਾ ਜੀ, ਇਹ ਤਾਂ ਗੱਡੀ ਬਿਲ ਦੁਕਾਨ ਤੋਂ ਜਾ ਕੇ ਵੱਜੀ ਆ, ਗੱਡੀ ਵਾਲੇ ਆ ਕੇ ਵਿੱਚ ਮਾਰੀ ਹੈ ਜੀ। ਕਸਤੂਰੀ ਲਾਲ ਜੀ ਕੀ ਮੰਗ ਕਰਦੇ ਹੋ? ਮੈਂ ਤਾਂ ਇਹ ਕਹਿੰਦਾ ਵੀ ਗਾਂ ਤੂੰ ਸਖਤੀ ਰੱਖੋ, ਸਖਤੀ ਬਥੇਰੀ ਆ, ਬਟ ਕਰੇ ਕਿ ਬੰਦਾ ਗੱਡੀ ਵਾਲਿਆਂ ਨੂੰ ਕੋਈ ਹੈ ਹੀ ਨਹੀਂ, ਪਤਾ ਨਹੀਂ ਕਿਹਦਾ ਕੋਈ ਮਰ ਜਾਵੇ, ਕੋਈ ਲੁੱਟ ਜਾਵੇ, ਕੋਈ ਨੁਕਸਾਨ ਹੋਏ। ਸਰ ਮੈਂ ਕਿਹਾ ਬੜਾ ਔਖਾ ਜੀ, ਮੈਂ ਬਹੁਤ ਮਿਹਰਬਾਨੀ ਕਰਨਾ ਤੁਹਾਡੇ ਚੈਨਲ ਦੇ ਮੁਤਾਬਕ ਕਿ ਆਉਣ ਵਾਲਾ ਸਮਾਂ ਵੀ ਵਧੀਆ ਤਰੀਕੇ ਨਾਲ ਹੋਣ, ਗਰੀਬ ਦਾ ਨੁਕਸਾਨ। ਹਾਂਜੀ ਠੀਕ ਹੈ ਸਰ, ਮਿਹਰਬਾਨੀ ਤੁਸੀਂ ਮੇਰਾ ਆਪ ਕਰਾਓ, ਮੈਂ ਬਹੁਤ ਧੰਨਵਾਦੀ ਹਾਂ ਤੁਹਾਡੇ ਚੈਨਲ 'ਤੇ, ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ, ਠੀਕ। ਹਾਂਜੀ ਭਾਅ ਜੀ, ਪਹਿਲਾਂ ਤਾਂ ਨਾਮ ਦੱਸ ਦਿਓ ਆਪਣਾ। ਆਕਾਸ਼ਦੀਪ ਭਾਅ ਜੀ ਨਾਮ। ਆਕਾਸ਼ਦੀਪ ਭਾਅ ਜੀ, ਇਹ ਐਕਸੀਡੈਂਟ ਹੋਇਆ ਕਿੱਦਾਂ ਸੀਗਾ, ਕਿੱਦਾਂ ਵਾਪਰੇ ਘਟਨਾ ਇਹ? ਇਹ ਭਾਅ ਜੀ ਆਪਾਂ ਆ ਰਹੇ ਸੀ ਜਦੋਂ ਫਗਵਾੜੇ ਸਾਈਡ ਤੋਂ ਆ ਰਹੇ ਸੀ ਇੱਧਰ ਨੂੰ, ਅਤੇ ਆਪਣੇ ਗੌਰਮੈਂਟ ਕਾਲਜ ਚੌਂਕ ਜਿਹੜਾ ਉੱਥੇ ਰਾਈਟ ਸਾਈਡ ਤੋਂ ਆ ਰਹੇ ਟਰੱਕ, ਅਸੀਂ ਆ ਰਹੇ ਫਗਵਾੜਾ ਸਾਈਡ ਤੋਂ, ਅਤੇ ਇੱਧਰੋਂ ਵੀ ਗੱਡੀ ਸਪੀਡ 'ਚ ਸੀ, ਯਾਨੀ ਕਿ ਜਾਂ ਇਹਨੇ ਧਿਆਨ ਨਹੀਂ ਦਿੱਤਾ ਜਾਂ ਕੁਛ ਵੀ ਹੋਇਆ, ਇੱਧਰ ਉੱਧਰ ਨੇ ਉਹਦੀ ਹੋਈ ਸੀ ਨਿਗਾਹ,
ਉਹਨੂੰ ਤਾਂ ਬੰਦੇ ਨੂੰ ਜਿਹੜਾ ਕੰਡਾ ਗੱਡੀ ਚਲਾ ਰਿਹਾ ਉਹਨੂੰ ਤਾਂ ਪਤਾ ਵੀ ਨਹੀਂ ਵੀ ਵੱਜੀ ਕਾਹਚਾ ਗੱਡੀ, ਕਿਉਂਕਿ ਉਹਦਾ ਉਹਦਾ ਧਿਆਨ ਲੈਫਟ ਸਾਈਡ 'ਤੇ ਸੀ ਓਕੇ, ਅਤੇ ਟਰੱਕ ਵੱਜਾ ਰਾਈਟ ਸਾਈਡ ਤੋਂ ਅਤੇ ਉੱਦਾਂ ਠੀਕ ਆ। ਕਿੰਨੇ ਬੰਦੇ ਸੀ ਕਾਰ 'ਚ ਗੱਡੀ 'ਚ? ਦੋ ਸੀਗੇ। ਦੋ ਬੰਦੇ ਦੋਨਾਂ ਦਾ ਬਚਾਅ ਹੈ, ਸੱਟ ਸੁੱਟ ਤਾਂ ਨਹੀਂ ਲੱਗੀ ਕਿਸੇ? ਨਹੀਂ ਬਚਾਅ, ਇੱਕ ਤਾਂ ਮੈਂ ਹੀ ਸੀ ਵਿੱਚ। ਅੱਛਾ ਠੀਕ ਹੈ। ਇੱਕ ਮੇਰਾ ਦੋਸਤ ਆ, ਬਚਾਅ ਠੀਕ ਆ, ਹੋਸਪਿਟਲ ਆ ਹੁਣ, ਸੱਟ ਜਾਣੀ ਕਿ ਥੋੜ੍ਹੀ ਲੱਗੀ ਹੈ, ਬਚਾਅ ਬਹੁਤ ਜ਼ਿਆਦਾ ਹੋ ਗਿਆ। ਅਕਾਸ਼ ਜੀ ਮੰਨਦੇ ਕਿ ਜੇ ਉੱਥੇ ਟ੍ਰੈਫਿਕ ਲਾਈਟਾਂ ਚੱਲਦੀਆਂ ਹੁੰਦੀਆਂ ਤਾਂ ਐਕਸੀਡੈਂਟ ਤੋਂ ਬਚਾ ਰਹਿ ਸਕਦਾ ਸੀ? ਬਿਲਕੁਲ ਬਚਾ ਰਿਹਾ ਹੁੰਦਾ ਜੀ ਜੇ ਟ੍ਰੈਫਿਕ ਲਾਈਟ ਹੁੰਦੀ ਉੱਥੇ, ਕਿਉਂਕਿ ਤੁਹਾਨੂੰ ਵੀ ਪਤਾ ਹੁਣ ਉਹ ਚੌਂਕ ਮੇਨ ਚੌਂਕ ਇੱਥੇ ਦਾ ਹੁਸ਼ਿਆਰਪੁਰ ਦਾ, ਅਤੇ ਉੱਥੇ ਚਾਹੀਦੀ ਲਾਜ਼ਮ ਚਾਹੀਦੀ ਆ, ਇਹ ਤੁਹਾਨੂੰ ਕਾਮਨ ਜੀ ਗੱਲ ਆ। ਆਏ ਦਿਨ ਜਿਹੜੀ ਘਟਨਾ ਵਾਪਰਦੀ ਹੈ ਉੱਥੇ ਉਹ ਟ੍ਰੈਫਿਕ ਲਾਈਟਾਂ ਕਰਕੇ ਵਾਪਰਦੀ, ਕਿਉਂਕਿ ਰਾਤ ਨੂੰ ਉੱਥੇ ਕੋਈ ਡੀਪਰ ਲਾਈਟ ਨਹੀਂ, ਕੋਈ ਟ੍ਰੈਫਿਕ ਲਾਈਟ ਨਹੀਂ ਦਿਸਦੀ ਹੈ, ਜਿਸ ਕਾਰਨ ਬੰਦੇ ਸਿੱਧੇ ਸਪੀਡ ਨਾਲ ਵੀ ਲੰਘ ਜਾਂਦੇ, ਜਿਸ ਕਰਕੇ ਗੱਡੀਆਂ ਦੇ ਵਿੱਚ ਵੱਜਦੀ। ਬਿਲਕੁਲ, ਉੱਥੇ ਟ੍ਰੈਫਿਕ ਲਾਈਟ ਦੇ ਨਾਲ ਕੈਮਰਾ ਵੀ ਲੱਗਣਾ ਚਾਹੀਦਾ ਆ ਜੋ ਰੈੱਡ ਲਾਈਟ ਕ੍ਰੋਸ ਕਰਦੇ ਆ, ਜਦੋਂ ਬੰਦਿਆਂ ਨੂੰ ਫਾਈਨ ਆਉਂ ਆਪ ਇੰਨੇ ਬੰਦੇ ਭਾਈ ਲੰਘਦੇ ਫਿਰ। ਅਕਾਸ਼ ਜੀ ਯੂਥ